ਪੰਜਾਬੀ ਫਿਲਮ ਇੰਡਸਟਰੀ ਵਿੱਚ ਕੁਝ ਕਿਰਦਾਰ ਜਿਵੇਂ ਕਿ ਚਾਚੀ ਤੇ ਤਾਈ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ ਤੇ ਨਾ ਹੀ ਇਹਨਾਂ ਕਿਰਦਾਰਾਂ ਲਈ ਢੁਕਵਾਂ ਐਕਟਰ ਲਿਆ ਜਾਂਦਾ ਸੀ। ਇਹਨਾਂ ਹੀ ਕਿਰਦਾਰਾਂ ਦੇ ਵਿੱਚ ਜਾਨ ਪਾਈ ਹੈ ਤੇ ਆਪਣੀ ਐਕਟਿੰਗ ਦੇ ਨਾਲ ਸਭ ਦਾ ਦਿਲ ਜਿੱਤਿਆ ਗੁਰਪ੍ਰੀਤ ਕੌਰ ਭੰਗੂ ਜੀ ਨੇ, ਫਿਰ ਚਾਹੇ ਉਹ ਕਿਰਦਾਰ ਨੈਗੇਟਿਵ ਹੋਵੇ ਜਾਂ ਕਾਮੇਡੀ ਦਾ। ਅੱਜ ਜਾਣਾਂਗੇ ਕਿ ਉਹਨਾਂ ਨੇ ਕਦੋਂ ਫਿਲਮ ਇੰਡਸਟਰੀ ਵਿੱਚ ਕਦਮ ਰੱਖਿਆ ਤੇ ਜਾਣਾਂਗੇ ਉਹਨਾਂ ਦੀ ਲਾਈਫ ਦੇ ਬਾਰੇ। ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਹੈ ਗਗਨਦੀਪ ਤੇ ਤੁਹਾਡਾ ਸਵਾਗਤ ਕਰਦਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਮੂਵੀਜ਼ ਅੱਡਾ ਦੇ ਵਿੱਚ। ਜੇ ਤੁਸੀਂ ਗੁਰਪ੍ਰੀਤ ਕੌਰ ਭੰਗੂ ਦੀ ਐਕਟਿੰਗ ਨੂੰ ਪਸੰਦ ਕਰਦੇ ਹੋ ਤੇ ਉਹਨਾਂ ਦੇ ਫੈਨ ਹੋ ਤਾਂ ਵੀਡੀਓ ਨੂੰ ਵੀ ਲਾਈਕ ਜ਼ਰੂਰ ਕਰ ਦਿਓ। ਅਸੀਂ ਪੰਜਾਬੀ ਤੇ ਹੋਰ ਮਸ਼ਹੂਰ ਸਿਤਾਰਿਆਂ ਬਾਰੇ ਇੰਟਰਸਟਿੰਗ ਇਨਫੋਰਮੇਸ਼ਨ ਤੇ ਉਹਨਾਂ ਦੀ ਬਾਇਓਗ੍ਰਾਫੀਜ਼ ਲੈ ਕੇ ਆਉਂਦੇ ਰਹਿੰਦੇ ਹਾਂ, ਤੁਸੀਂ ਉੱਪਰ ਦਿੱਤੇ ਆਈ ਬਟਨ ਤੇ ਕਲਿੱਕ ਕਰਕੇ ਦੇਖ ਸਕਦੇ ਹੋ। ਸੋ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ। ਗੁਰਪ੍ਰੀਤ ਕੌਰ ਭੰਗੂ ਦਾ ਜਨਮ 13 ਮਈ 1959 ਨੂੰ ਪਿੰਡ ਕਾਹਨ ਸਿੰਘ ਵਾਲਾ ਬਠਿੰਡਾ ਦੇ ਰਹਿਣ ਵਾਲੇ ਪਿਤਾ ਸੁਖਦੇਵ ਸਿੰਘ ਸਿੱਧੂ ਤੇ ਮਾਤਾ ਸੁਰਜੀਤ ਕੌਰ ਦੇ ਕਿਸਾਨ ਪਰਿਵਾਰ 'ਚ ਹੋਇਆ। ਪਰਿਵਾਰ ਦੇ ਵਿੱਚ ਉਹਨਾਂ ਦੇ ਇੱਕ ਵੱਡੇ ਭਰਾ ਤੇ 2 ਛੋਟੇ ਭਰਾ ਵੀ ਨੇ। ਗੁਰਪ੍ਰੀਤ ਭੰਗੂ ਜੀ ਦੀ ਪੜ੍ਹਾਈ ਦੀ ਗੱਲ ਕਰੀਏ, ਬਠਿੰਡਾ ਦੇ ਰਜਿੰਦਰਾ ਕਾਲਜ ਤੋਂ ਪੋਲ ਸਾਇੰਸ ਵਿੱਚ ਪੋਸਟ ਗ੍ਰੈਜੂਏਸ਼ਨ ਤੇ ਫਿਜ਼ੀਕਲ ਕਾਲਜ ਪਟਿਆਲਾ ਤੋਂ VP.ED ਦੀ ਪੜ੍ਹਾਈ ਕੀਤੀ। ਪਰਸਨਲ ਲਾਈਫ 'ਤੇ ਨਜ਼ਰ ਮਾਰੀਏ ਤਾਂ ਗੁਰਪ੍ਰੀਤ ਜੀ ਦਾ ਵਿਆਹ ਛੋਟੀ ਉਮਰ ਵਿੱਚ ਹੀ 17 ਜੁਲਾਈ 1983 ਨੂੰ ਸਰਵਨ ਸਿੰਘ ਭੰਗੂ ਜੀ ਦੇ ਨਾਲ ਹੋਇਆ ਤੇ ਵਿਆਹ ਮਗਰੋਂ ਘਰ ਵਿੱਚ ਇੱਕ ਬੇਟੇ ਬਾਗੀ ਭੰਗੂ ਤੇ 2 ਬੇਟੀਆਂ ਹੰਸਪ੍ਰੀਤ ਤੇ ਪੂਨਮ ਭੰਗੂ ਦਾ ਜਨਮ ਹੋਇਆ। ਬੇਟਾ ਬਾਗੀ ਭੰਗੂ ਵੀ ਗਾਇਕੀ ਦੇ ਖੇਤਰ ਵਿੱਚ ਕੰਮ ਕਰ ਰਿਹਾ ਹੈ। ਸਕੂਲ ਵਿੱਚ ਪੜ੍ਹਨ ਦੇ ਦੌਰਾਨ ਗੁਰਪ੍ਰੀਤ ਕੌਰ ਭੰਗੂ ਪੜ੍ਹਾਈ ਦੇ ਨਾਲ ਨਾਲ ਖੇਡਾਂ ਤੇ ਐਕਟਿੰਗ ਦੇ ਖੇਤਰ ਵਿੱਚ ਵੀ ਕਾਫ਼ੀ ਅੱਗੇ ਸੀ। ਸਕੂਲ ਵਿੱਚ ਹੋਣ ਵਾਲੀ ਬਾਲ ਸਭਾ ਦੇ ਵਿੱਚ ਗੁਰਪ੍ਰੀਤ ਕੌਰ ਨਾਟਕ ਤੇ ਕਈ ਹੋਰ ਤਰ੍ਹਾਂ ਦੀਆਂ ਸਕਿੱਟਾਂ ਕਰਦੇ ਸੀ, ਪਰ ਗੁਰਪ੍ਰੀਤ ਜੀ ਕਹਿੰਦੇ ਨੇ ਕਿ ਉਹਨਾਂ ਨੂੰ ਇਸ ਖੇਤਰ ਵਿੱਚ ਆਉਣ ਦੀ ਜੋ ਇੰਸਪੀਰੇਸ਼ਨ ਮਿਲੀ ਉਹ ਭਾਈ ਗੁਰਸ਼ਰਨ ਸਿੰਘ ਜੀ ਤੋਂ ਮਿਲੀ। ਉਸ ਸਮੇਂ ਭਾਈ ਗੁਰਸ਼ਰਨ ਸਿੰਘ ਪਿੰਡਾਂ ਦੇ ਵਿੱਚ ਨਾਟਕ ਕਰਦੇ ਸੀ ਤੇ ਗੁਰਪ੍ਰੀਤ ਕੌਰ ਦੱਸਦੇ ਨੇ ਕਿ ਰਾਤ ਨੂੰ ਉਹ ਨਾਟਕ ਦੇਖਣ ਜਾਂਦੇ ਤੇ ਉਹ ਬਹੁਤ ਧਿਆਨ ਨਾਲ ਉਹਨਾਂ ਦੇ ਨਾਟਕਾਂ ਨੂੰ ਦੇਖਦੇ ਸੀ ਤੇ ਇਸੇ ਕਾਰਨ ਗੁਰਪ੍ਰੀਤ ਜੀ ਅੱਗੇ ਜਾ ਕੇ ਥੀਏਟਰ ਦੇ ਨਾਲ ਜੁੜੇ। ਇੱਕ ਇੰਟਰਵਿਊ ਦੌਰਾਨ ਗੁਰਪ੍ਰੀਤ ਭੰਗੂ ਨੇ ਦੱਸਿਆ ਕਿ ਵਿਆਹ ਤੋਂ ਪਹਿਲਾਂ ਉਹਨਾਂ ਨੂੰ ਇਸ ਖੇਤਰ ਵਿੱਚ ਕੰਮ ਕਰਨ ਦੀ ਕੋਈ ਜ਼ਿਆਦਾ ਖੁੱਲ੍ਹ ਨਹੀਂ ਸੀ, ਪਰ ਸਮਾਜ ਸੇਵਕ ਪੱਤਰਕਾਰ ਤੇ ਰਾਈਟਰ ਸਵਰਨ ਸਿੰਘ ਭੰਗੂ ਨਾਲ ਵਿਆਹ ਤੋਂ ਬਾਅਦ ਗੁਰਪ੍ਰੀਤ ਭੰਗੂ ਤੇ ਕਿਸੇ ਤਰ੍ਹਾਂ ਦੀ ਕੋਈ ਪਾਬੰਦੀ ਨਾ ਰਹੀ। ਵਿਆਹ ਤੋਂ ਬਾਅਦ ਸਾਲ 1987 'ਚ ਗੁਰਪ੍ਰੀਤ ਜੀ ਨੇ ਸਰਕਾਰੀ ਟੀਚਰ ਦੇ ਤੌਰ 'ਤੇ ਵੀ ਨੌਕਰੀ ਕੀਤੀ ਤੇ ਨਾਲ ਦੀ ਨਾਲ ਥੀਏਟਰ ਨਾਲ ਵੀ ਜੁੜੇ ਰਹੇ ਤੇ ਨਾਟਕ ਕਰਦੇ ਰਹੇ। ਸਾਲ 1996 'ਚ ਗੁਰਪ੍ਰੀਤ ਭੰਗੂ ਨੇ ਆਪਣੇ ਸਾਥੀ ਕਲਾਕਾਰਾਂ ਦੇ ਨਾਲ ਮਿਲ ਕੇ ਚੇਤਨਾ ਕਲਾ ਮੰਚ ਸ਼੍ਰੀ ਚਮਕੌਰ ਸਾਹਿਬ ਦੀ ਸਥਾਪਨਾ ਵੀ ਕੀਤੀ। ਪ੍ਰਸਿੱਧ ਨਾਟਕਕਾਰ ਗੁਰਸ਼ਰਨ ਸਿੰਘ ਜੀ ਦੇ ਨਾਲ ਚੰਡੀਗੜ੍ਹ ਸਕੂਲ ਆਫ ਡਰਾਮਾ ਦੇ ਵਿੱਚ ਕੰਮ ਵੀ ਕੀਤਾ। ਗੁਰਪ੍ਰੀਤ ਭੰਗੂ ਜੀ ਨੇ ਪੰਜਾਬ ਦੇ ਨਾਲ ਨਾਲ ਹਿਮਾਚਲ, ਹਰਿਆਣਾ ਤੇ ਰਾਜਸਥਾਨ ਵਿੱਚ ਜਾ ਕੇ ਵੀ ਨਾਟਕ ਕੀਤੇ। ਦੋਸਤੋ, ਹੁਣ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਉਹਨਾਂ ਨੇ ਫਿਲਮ ਇੰਡਸਟਰੀ ਵਿੱਚ ਕਦਮ ਰੱਖਿਆ। ਗੁਰਪ੍ਰੀਤ ਦੱਸਦੇ ਨੇ ਕਿ ਨਾਟਕਾਂ ਦੇ ਵਿੱਚ ਕੰਮ ਕਰਦੇ ਕਰਦੇ ਉਹਨਾਂ ਨੂੰ ਆਪਣੀ ਪਹਿਲੀ ਫਿਲਮ ਮਿਲੀ ਜਿਸ ਦਾ ਨਾਮ ਸੀ ਮਿੱਟੀ ਤੇ ਇਹ ਫਿਲਮ ਸਾਲ 2010 'ਚ ਰਿਲੀਜ਼ ਹੋਈ। ਇਸ ਫਿਲਮ ਦੇ ਵਿੱਚ ਉਹਨਾਂ ਦਾ ਰੋਲ ਤਾਂ ਛੋਟਾ ਸੀ, ਪਰ ਉਹ ਕਹਿੰਦੇ ਨੇ ਕਿ ਉਹ ਰੋਲ ਮੇਰੇ ਅੱਜ ਵੀ ਦਿਲ ਦੇ ਬਹੁਤ ਨੇੜੇ ਹੈ। ਇਸ ਤਰ੍ਹਾਂ ਗੁਰਪ੍ਰੀਤ ਭੰਗੂ ਜਿਹੇ ਇੱਕ ਵੱਡੇ ਕਲਾਕਾਰ ਪੰਜਾਬੀ ਫਿਲਮ ਇੰਡਸਟਰੀ ਨੂੰ ਮਿਲੇ ਤੇ ਹੁਣ ਤੱਕ ਕਈ ਫਿਲਮਾਂ ਦੇ ਵਿੱਚ ਕੰਮ ਕਰ ਚੁੱਕੇ ਨੇ। ਜੇ ਉਹਨਾਂ ਦੀਆਂ ਕੁਝ ਹਿੱਟ ਫਿਲਮਾਂ ਦੇ ਨਾਮ ਲਈਏ ਤਾਂ ਨਿੱਕਾ ਜੈਲਦਾਰ 2, ਲੌਂਗ ਲਾਚੀ, ਪ੍ਰਾਹੁਣਾ, ਮਿੰਦੋ ਤਹਿਸੀਲਦਾਰਨੀ, ਅਰਦਾਸ, ਹਰਜੀਤਾ, ਗੁੱਡੀਆਂ ਪਟੋਲੇ ਤੇ ਰੱਬ ਦਾ ਰੇਡੀਓ 2 ਜਿਹੀਆਂ ਹਿੱਟ ਫਿਲਮਾਂ ਇੰਡਸਟਰੀ ਨੂੰ ਦੇ ਚੁੱਕੇ ਨੇ। ਪੰਜਾਬੀ ਇੰਡਸਟਰੀ ਦੇ ਨਾਲ ਨਾਲ ਗੁਰਪ੍ਰੀਤ ਭੰਗੂ ਬਾਲੀਵੁੱਡ ਫਿਲਮ ਇੰਡਸਟਰੀ ਵਿੱਚ ਵੀ ਕੰਮ ਕਰ ਚੁੱਕੇ ਨੇ। ਸਾਲ 2012 'ਚ ਆਈ ਸ਼ਾਹਿਦ ਕਪੂਰ ਦੀ ਫਿਲਮ ਮੌਸਮ ਦੇ ਨਾਲ ਹਿੰਦੀ ਫਿਲਮ ਇੰਡਸਟਰੀ 'ਚ ਕਦਮ ਰੱਖ ਚੁੱਕੇ ਨੇ ਤੇ ਸਾਲ 2012 'ਚ ਹੀ ਆਈ ਪੁਲਕਿਤ ਸਮਰਾਟ ਦੀ ਬਿੱਟੂ ਬੌਸ ਵਿੱਚ ਵੀ ਨਜ਼ਰ ਆ ਚੁੱਕੇ ਨੇ। ਦੋਸਤੋ, ਗੁਰਪ੍ਰੀਤ ਭੰਗੂ ਫਿਲਮਾਂ ਦੇ ਵਿੱਚ ਆਉਣ ਤੋਂ ਪਹਿਲਾਂ ਕਈ ਪੰਜਾਬੀ ਸੀਰੀਅਲਸ ਜਿਵੇਂ ਕਿ ਛਿਪਣ ਤੋਂ ਪਹਿਲਾਂ, ਮਿੱਟੀ ਨਾ ਹੋਵੇ ਮਤਰੇਈ, ਜਦੋਂ ਮੈਂ ਸਿਰਫ ਔਰਤ ਹੁੰਦੀ ਹਾਂ, ਸੁੱਕੀ ਕੁੱਖ ਤੇ ਇਹਨਾਂ ਦੀ ਆਵਾਜ਼ ਵਰਗੇ ਸਮਾਜ ਨੂੰ ਸਿੱਧੇ ਰਾਹ ਪਾਉਣ ਵਾਲੇ ਸੀਰੀਅਲਸ ਵਿੱਚ ਵੀ ਕੰਮ ਕਰ ਚੁੱਕੇ ਨੇ। ਪੰਜਾਬੀ ਫਿਲਮਾਂ ਵਿੱਚ ਗੁਰਪ੍ਰੀਤ ਭੰਗੂ ਜੀ ਨੇ ਆਪਣੀ ਜ਼ਬਰਦਸਤ ਐਕਟਿੰਗ ਦੇ ਨਾਲ ਚਾਚੀ ਤੇ ਤਾਈ ਦੇ ਕਿਰਦਾਰ ਜੋ ਕਿ ਫਿਲਮਾਂ ਦੇ ਵਿੱਚੋਂ ਗਾਇਬ ਹੀ ਹੁੰਦੇ ਜਾ ਰਹੇ ਸੀ ਉਹਨਾਂ 'ਚ ਫਿਰ ਮੁੜ ਕੇ ਜਾਨ ਪਾਈ ਹੈ। ਸੋ ਦੋਸਤੋ, ਇਹ ਸੀ ਅੱਜ ਦੀ ਜਾਣਕਾਰੀ ਗੁਰਪ੍ਰੀਤ ਕੌਰ ਭੰਗੂ ਜੀ ਬਾਰੇ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਉਹਨਾਂ ਦੀ ਐਕਟਿੰਗ ਨੂੰ ਪਸੰਦ ਕਰਦੇ ਹੋਵੋਗੇ। ਉਹਨਾਂ ਦੀ ਕਿਹੜੀ ਮੂਵੀ ਤੁਹਾਨੂੰ ਪਸੰਦ ਹੈ ਤੇ ਉਹਨਾਂ ਦਾ ਕਿਹੜਾ ਡਾਇਲੋਗ ਤੁਹਾਡਾ ਫੇਵਰੇਟ ਹੈ, ਕਮੈਂਟ ਕਰਕੇ ਜ਼ਰੂਰ ਦੱਸਿਓ। ਤੁਹਾਨੂੰ ਅੱਜ ਦੀ ਇਹ ਜਾਣਕਾਰੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਜੇ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰ ਦਿਓ, ਔਰ ਜੇ ਪਸੰਦ ਨਹੀਂ ਆਈ ਤਾਂ ਵੀਡੀਓ ਨੂੰ ਡਿਸਲਾਈਕ ਕਰਨ ਦੇ ਨਾਲ ਨਾਲ ਤੁਸੀਂ ਕਮੈਂਟ ਰਾਹੀਂ ਕਾਰਨ ਵੀ ਜ਼ਰੂਰ ਦੱਸਿਓ
ਤਾਂ ਜੋ ਆਉਣ ਵਾਲੀ ਵੀਡੀਓਜ਼ ਦੇ ਵਿੱਚ ਅਸੀਂ ਉਸ ਗੱਲ ਦਾ ਧਿਆਨ ਰੱਖ ਸਕੀਏ। ਇਸ ਤੋਂ ਇਲਾਵਾ ਤੁਹਾਡੇ ਕੋਲ ਵੀ ਕੋਈ ਜਾਣਕਾਰੀ ਹੋਵੇ ਤਾਂ ਵੀ ਜ਼ਰੂਰ ਸਾਂਝੀ ਕਰਿਓ। ਮਿਲਦੇ ਹਾਂ ਅਗਲੀ ਵੀਡੀਓ ਵਿੱਚ ਇੱਕ ਨਵੀਂ ਜਾਣਕਾਰੀ ਦੇ ਨਾਲ। ਉਦੋਂ ਤੱਕ ਜੁੜੇ ਰਹੋ ਚੈਨਲ ਦੇ ਨਾਲ। ਚੈਨਲ ਅਪਡੇਟਸ ਲਈ ਪੰਜਾਬੀ ਮੂਵੀਜ਼ ਅੱਡਾ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਬੈੱਲ ਆਈਕਨ 'ਤੇ ਪ੍ਰੈਸ ਕਰੋ ਤਾਂ ਜੋ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ।